ਜੇ ਆਈ ਪਤਝੜ ਫਿਰ ਕੀ ਹੈ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ। ਜੇ ਆਈ ਪਤਝੜ ਫਿਰ ਕੀ ਹੈ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ। ਮੈਂ ਲੱਭ ਕੇ ਕਿਤਿਓਂ ਲਿਆਊਂ ਕਲਮਾ, ਤੂੰ ਫੁੱਲਾਂ ਜੋਗੀ ਜ਼ਮੀਂ ਰੱਖੀ। ਪੰਜਾਬੀ ਸਾਹਿਤ ਦੇ ਇੱਕ ਯੁੱਗ ਦਾ ਅੱਜ ਅੰਤ ਹੋ ਗਿਆ ਹੈ, ਕਿਉਂਕਿ ਪੰਜਾਬੀ ਸਾਹਿਤ ਦੇ ਬਾਬਾ ਬੋਟ ਕਹਾਏ ਜਾਣ ਵਾਲੇ ਸੁਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। 11 ਮਈ ਦੀ ਸਵੇਰ ਸੂਰਜ ਤਾਂ ਚੜ੍ਹਦਾ ਹੈ, ਪਰ ਸੁਰਜੀਤ ਪਾਤਰ ਦੇ ਮੌਤ ਦੀ ਖਬਰ ਉਸਦੀ ਚਮਕ ਨੂੰ ਫਿੱਕਾ ਕਰ ਦਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਿਹਤ ਪੱਖੋਂ ਸੁਰਜੀਤ ਪਾਤਰ ਬਿਲਕੁਲ ਤੰਦਰੁਸਤ ਸਨ, ਪਰ 10 ਮਈ ਨੂੰ ਜਦੋਂ ਉਹ ਸਕੂਨ ਦੀ ਨੀਂਦ ਸੌਂਦੇ ਨੇ ਤਾਂ ਸਾਇਲੈਂਟ ਹਾਰਟ ਅਟੈਕ ਕਰਕੇ ਉਹ ਚੜ੍ਹਦੀ ਸਵੇਰ ਵੇਖ ਹੀ ਨਹੀਂ ਸਕੇ। ਸੋ ਕਿਹਾ ਜਾ ਸਕਦਾ ਹੈ ਕਿ 10 ਮਈ ਨੂੰ ਸਕੂਨ ਦੀ ਨੀਂਦ ਦੇ ਵਿੱਚ ਸੁੱਤੇ ਸੁਰਜੀਤ ਪਾਤਰ ਰਾਤ ਦਾ ਚਮਕਦਾ ਹੋਇਆ ਸਿਤਾਰਾ ਬਣ ਗਏ, ਕਿਉਂਕਿ 11 ਮਈ ਦਾ ਸੂਰਜ ਤਾਂ ਉਹ ਵੇਖ ਹੀ ਨਹੀਂ ਸਕੇ। ਸੁਰਜੀਤ ਪਾਤਰ ਦੇ ਇਸ ਤਰ੍ਹਾਂ ਅਚਾਨਕ ਦੁਨੀਆ ਤੋਂ ਰੁਖਸਤ ਹੋਣ ਨਾਲ ਪੰਜਾਬੀ ਵਿਰਸੇ ਦੀ ਇੱਕ ਸਦੀ ਦਾ ਅੰਤ ਹੋ ਗਿਆ ਹੈ। ਖੈਰ, ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਵੱਡਾ ਪੁੱਤ ਵਿਦੇਸ਼ ਵਿੱਚ ਹੈ ਅਤੇ ਉਸਦੇ ਆਉਣ ਤੋਂ ਬਾਅਦ ਹੀ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ। ਸੁਰਜੀਤ ਪਾਤਰ ਦੀ ਮੌਤ ਨੇ ਜਿਵੇਂ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ, ਹਰ ਕੋਈ ਸ਼ੋਕ 'ਚ ਡੁੱਬਿਆ ਹੋਇਆ ਹੈ। ਸਾਹਿਤ ਜਗਤ ਲਈ ਇਹ ਇੱਕ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟ ਹੈ, ਜਿਸ ਦਾ ਸਦਮਾ ਅੱਜ ਉਹਨਾਂ ਨੂੰ ਅਤੇ ਉਹਨਾਂ ਦੀ ਕਲਮ ਨੂੰ ਚਾਹੁਣ ਵਾਲਿਆਂ ਦੇ ਵਿੱਚ ਨਜ਼ਰ ਆ ਰਿਹਾ ਹੈ। ਸਿਆਸਤਦਾਨ, ਕਲਾਕਾਰ ਅਤੇ ਉਹਨਾਂ ਨੂੰ ਚਾਹੁਣ ਵਾਲੇ ਆਪਣਾ ਸ਼ੋਕ ਸੋਸ਼ਲ ਮੀਡੀਆ 'ਤੇ ਵੀ ਜ਼ਾਹਿਰ ਕਰਦੇ ਹੋਏ ਨਜ਼ਰ ਆ ਰਹੇ ਨੇ। ਸੁਰਜੀਤ ਪਾਤਰ ਦੀ ਕਲਮ ਅਤੇ ਉਹਨਾਂ ਦੇ ਲੇਖਣੀ ਦੀ ਪੂਰੀ ਦੁਨੀਆ ਹੀ ਮੁਰੀਦ ਸੀ। ਉਹਨਾਂ ਦੀਆਂ ਕਵਿਤਾਵਾਂ, ਉਹਨਾਂ ਦੇ ਕਲਮ, ਉਹਨਾਂ ਦੇ ਜਜ਼ਬਾਤ ਸਾਂਝੇ ਕਰਨ ਦਾ ਜੋ ਤਰੀਕਾ ਸੀ, ਉਹ ਕਈਆਂ ਦੀ ਰੂਹ ਦੀ ਖੁਰਾਕ ਸੀ, ਕਈਆਂ ਦੇ ਜੀਣ ਦਾ ਬਹਾਨਾ ਔਰ ਕਈਆਂ ਦੀ ਜ਼ਿੰਦਗੀ ਦੇ ਵਿੱਚ ਮਿਸਾਲ ਸੀ। ਔਰ ਇਸੇ ਕਲਾ ਦੇ ਲਈ ਉਹਨਾਂ ਨੂੰ ਪਦਮ ਸ਼੍ਰੀ ਅਤੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਪਰ ਅੱਜ ਜਦੋਂ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਤੇ ਇਹ ਘਾਟ ਸਿਰਫ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਹੀ ਨਹੀਂ ਬਲਕਿ ਪੰਜਾਬੀ ਮਾਂ ਬੋਲੀ ਨੂੰ ਵੀ ਇੱਕ ਵੱਡਾ ਨੁਕਸਾਨ ਹੋਇਆ ਹੈ, ਜਿਸ ਦੀ ਘਾਟ ਕੋਈ ਪੂਰੀ ਨਹੀਂ ਕਰ ਸਕਦਾ। ਇੱਕ ਨਜ਼ਰ ਸੁਰਜੀਤ ਪਾਤਰ ਦੀ ਸ਼ੁਰੂਆਤੀ ਜ਼ਿੰਦਗੀ 'ਤੇ। 14 ਜਨਵਰੀ 1945 ਨੂੰ ਜਲੰਧਰ ਦੇ ਨਜ਼ਦੀਕੀ ਪਿੰਡ ਪੱਤੜ ਕਲਾਂ 'ਚ ਜਨਮੇ ਸੁਰਜੀਤ ਪਾਤਰ ਨੇ ਆਪਣੀ ਗ੍ਰੈਜੂਏਸ਼ਨ ਕਪੂਰਥਲਾ ਤੋਂ ਕੀਤੀ, ਮਾਸਟਰ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਤੇ PhD ਲਿਟਰੇਚਰ ਔਨ ਟ੍ਰਾਂਸਫੋਰਮੇਸ਼ਨ ਆਫ ਫੋਕਲੋਰ ਔਨ ਗੁਰੂ ਨਾਨਕ ਵਾਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ। ਅਕੈਡਮਿਕ ਪ੍ਰੋਫੈਸ਼ਨ ਤੋਂ ਜੁਆਇਨ ਕਰ ਸੁਰਜੀਤ ਪਾਤਰ ਨੇ ਬਤੌਰ ਪ੍ਰੋਫੈਸਰ ਇਨ ਪੰਜਾਬੀ ਰਿਟਾਇਰਮੈਂਟ ਲਈ ਫਰੋਮ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ। ਸੁਰਜੀਤ ਪਾਤਰ ਨੇ ਜਦੋਂ ਲਿਖਣਾ ਸ਼ੁਰੂ ਕੀਤਾ ਤੇ ਉਹਨਾਂ ਦੀ ਕਲਮ ਦੇ ਹੌਲੀ ਹੌਲੀ ਮੁਰੀਦ ਵੱਧਦੇ ਹੀ ਗਏ। ਉਹਨਾਂ ਦੀ ਕਲਮ ਅਤੇ ਲੇਖਣੀ ਨੂੰ ਪਿਆਰ ਕਰਨ ਵਾਲਿਆਂ ਦੀ ਤਾਦਾਦ ਵੱਧਦੀ ਹੀ ਗਈ। ਉਹਨਾਂ ਦੀਆਂ ਕਵਿਤਾਵਾਂ ਪੂਰੀ ਦੁਨੀਆ ਦੇ ਵਿੱਚ ਪਸੰਦ ਕੀਤੀਆਂ ਜਾਣ ਲੱਗ ਗਈਆਂ। ਪਰ ਦੱਸ ਦਈਏ ਕਿ ਉਹਨਾਂ ਦੀਆਂ ਕੁਝ ਕਵਿਤਾਵਾਂ ਅਜਿਹੀਆਂ ਨੇ ਜਿਹੜੀਆਂ ਕਿ ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖੀਆਂ ਜਾ ਚੁੱਕੀਆਂ ਨੇ, ਉਹ ਵੀ ਸੁਨਹਿਰੀ ਅੱਖਰਾਂ ਦੇ ਵਿੱਚ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਔਰ ਇਸੇ ਦੇ ਚੱਲਦੇ ਸੁਰਜੀਤ ਪਾਤਰ ਦਾ ਨਾਮ ਵੀ ਇਤਿਹਾਸ ਦੀ ਜੇਕਰ ਗੱਲ ਕਰੀਏ ਪੰਜਾਬੀ ਸਾਹਿਤ ਸਮਾਜ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਘੜਿਆ ਜਾ ਚੁੱਕਿਆ ਹੈ। ਖੈਰ, ਤੁਹਾਨੂੰ ਦੱਸਦੇ ਹਾਂ ਉਹ ਕਵਿਤਾਵਾਂ ਜਿਹੜੀਆਂ ਕਿ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ ਔਰ ਸੁਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ ਦੇ ਵਿੱਚ ਦਰਜ ਹੋ ਚੁੱਕੀਆਂ ਨੇ। ਸੁਰਜੀਤ ਪਾਤਰ ਦੀ ਲਿਖੀਆਂ ਕਵਿਤਾਵਾਂ ਵਿੱਚੋਂ ਖਾਸ ਨੇ ਹਵਾ ਵਿੱਚ ਲਿਖੇ ਹਰਫ, ਬਿਰਖ ਅਰਜ਼ ਕਰੇ, ਹਨੇਰੇ ਵਿੱਚ ਸੁਲਗਦੀ ਵਰਨਮਾਲਾ, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਪੰਜੇਬ, ਸਰਜ਼ਮੀ। ਵੈਸੇ ਤਾਂ ਸੁਰਜੀਤ ਪਾਤਰ ਦੀਆਂ ਲਿਖੀਆਂ ਅਣਗਿਣਤ ਕਵਿਤਾਵਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਛਪ ਚੁੱਕੀਆਂ ਨੇ, ਜਿਨ੍ਹਾਂ ਨੂੰ ਮਰਦੇ ਦਮ ਤੱਕ ਦੁਨੀਆ ਯਾਦ ਰੱਖੇਗੀ। ਕਿਸਮਤ ਵੀ ਕੀ ਚੀਜ਼ ਹੁੰਦੀ ਹੈ ਨਾ, ਇਨਸਾਨ ਪੜ੍ਹਦਾ ਲਿਖਦਾ,
PhD ਕੀਤੀ ਸੀਗੀ ਡਾਕਟਰ ਸੁਰਜੀਤ ਪਾਤਰ ਜੀ ਨੇ, ਪ੍ਰੋਫੈਸਰ ਦੀ ਨੌਕਰੀ ਕੀਤੀ, ਪਰਿਵਾਰ ਸਾਂਭਦੇ ਸੀ, ਇੱਜ਼ਤਦਾਰ ਜ਼ਿੰਦਗੀ ਜਿਉ ਰਹੇ ਸੀ, ਪਰ ਕਲਮ ਨਾਲ ਇਸ ਤਰ੍ਹਾਂ ਦਾ ਇਸ਼ਕ ਔਰ ਮੁਹੱਬਤ ਪੈ ਗਈ ਕਿ ਉਸੇ ਦੀ ਇਬਾਦਤ ਕਰਨ ਲੱਗ ਗਏ, ਔਰ ਉਹਨਾਂ ਦੀ ਇਬਾਦਤ ਯਾਨੀ ਕਿ ਉਹਨਾਂ ਦੀ ਕਲਮ, ਉਹਨਾਂ ਦੀ ਕਵਿਤਾਵਾਂ ਹਮੇਸ਼ਾ ਰਹਿੰਦੀ ਦੁਨੀਆ ਤੱਕ ਯਾਦ ਰੱਖੀਆਂ ਜਾਣਗੀਆਂ। ਖੈਰ, ਤੁਹਾਨੂੰ ਦੱਸ ਦਈਏ ਕਿ ਰਾਈਟਰ ਅਤੇ ਪੋਇਟ ਸੁਰਜੀਤ ਪਾਤਰ ਨੇ ਬਹੁਤ ਕਵਿਤਾਵਾਂ ਦਿੱਤੀਆਂ, ਬਹੁਤ ਸੋਹਣੀਆਂ ਸੋਹਣੇ ਲੇਖ ਲਿਖੇ, ਇੱਥੋਂ ਤੱਕ ਕਿ ਬਹੁਤ ਕੁਝ ਟਰਾਂਸਲੇਟ ਕਰਕੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਵੀ ਪਾਇਆ। ਅਤੇ ਉੱਥੇ ਜੇਕਰ ਫਿਲਮਾਂ ਦੀ ਗੱਲ ਕਰੀਏ ਤਾਂ ਦੱਸਣ ਯੋਗ ਹੈ ਕਿ ਸੁਰਜੀਤ ਪਾਤਰ ਨੇ ਬਹੁਤ ਹੀ ਹਿੱਟ ਅਤੇ ਬਹੁਤ ਹੀ ਸੋਹਣੀ ਪੰਜਾਬੀ ਫਿਲਮ ਸ਼ਹੀਦ ਊਧਮ ਸਿੰਘ ਦੇ ਡਾਇਲੋਗਸ ਵੀ ਲਿਖੇ ਸੀਗੇ, ਔਰ ਇੰਨਾ ਹੀ ਨਹੀਂ, ਉਹਨਾਂ ਨੇ ਇੱਕ ਵਿਦੇਸ਼ ਫਿਲਮ ਦੇ ਡਾਇਲੋਗਸ ਵੀ ਲਿਖੇ ਸੀ ਜੋ ਕਿ ਪੰਜਾਬੀ ਵਰਜਨ ਸੀ ਦੀਪ ਮਹਿਤਾ ਦੀ ਫਿਲਮ ਹੈਵਨ ਆਫ ਅਰਥ ਦਾ। ਬੇਹੱਦ ਅਫਸੋਸ ਦੀ ਗੱਲ ਹੈ ਕਿ ਅੱਜ ਜਿਨ੍ਹਾਂ ਬਾਰੇ ਗੱਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਬਾਤ ਕੀਤੀ ਜਾ ਰਹੀ ਹੈ, ਉਹ ਖੁਦ ਇਸ ਦੁਨੀਆ ਤੋਂ ਜਾ ਚੁੱਕੇ ਨੇ, ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ, ਜਿਨ੍ਹਾਂ ਦੇ ਨਾਲ ਪੰਜਾਬੀ ਸਾਹਿਤ ਦੇ ਇੱਕ ਯੁੱਗ ਦਾ ਅੰਤ ਹੋ ਗਿਆ, ਪੰਜਾਬੀ ਵਿਰਸੇ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਰਾਣਾ ਰਣਜੀਤ ਨੇ ਉਹਨਾਂ ਨੂੰ ਟ੍ਰਿਬਿਊਟ ਕਰਦਿਆਂ ਹੋਇਆ ਸੋਸ਼ਲ ਮੀਡੀਆ 'ਤੇ ਕਿਹਾ ਖੂਬ ਲਿਖਿਆ ਹੈ, ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ, ਪਾਣੀ ਨੇ ਮੇਰੇ ਗੀਤ, ਮੈਂ ਪਾਣੀ 'ਤੇ ਲੀਕ ਹਾਂ, ਲੱਗੀ ਜੇ ਤੇਰੇ ਕਾਲਜੇ ਹਲੇ ਛੂਰੀ ਨਹੀਂ, ਇਹ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ। ਖੁਸ਼ਕਿਸਮਤ ਹੁੰਦੀਆਂ ਨੇ ਉਹ ਰੱਬੀ ਰੂਹਾਂ ਜਿਨ੍ਹਾਂ ਨੂੰ ਉਹਨਾਂ ਦੀ ਕਲਾ ਦੇ ਲਈ ਉਹਨਾਂ ਦੇ ਮਰਨ ਤੋਂ ਬਾਅਦ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਂਦਾ ਹੈ, ਕਿਉਂਕਿ ਅੱਜ ਕੱਲ੍ਹ ਤਾਂ ਪਰਿਵਾਰ ਦਾ ਜੀਵ ਵੀ ਮਰ ਜਾਏ ਤਾਂ ਥੋੜ੍ਹੇ ਸਮੇਂ ਬਾਅਦ ਉਸਦੀ ਚਾਨਣੀ ਫਿੱਕੀ ਪੈ ਜਾਂਦੀ ਹੈ, ਯਾਦਾਂ ਫਿੱਕੀਆਂ ਪੈ ਜਾਂਦੀਆਂ ਨੇ, ਔਰ ਫਿਰ ਹੌਲੀ ਹੌਲੀ ਉਹ ਇਨਸਾਨ ਸਾਡੀ ਜ਼ਿੰਦਗੀ 'ਚੋਂ ਨਿਕਲ ਹੀ ਜਾਂਦਾ ਹੈ। ਲੇਕਿਨ ਉਹ ਰੂਹਾਂ ਜਿਨ੍ਹਾਂ ਨੂੰ ਉਹਨਾਂ ਦੀ ਕਲਾ ਦੇ ਲਈ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਅਤੇ ਉਹਨਾਂ ਦੀ ਕਲਾ ਨੂੰ ਦਿਲ 'ਚ ਵਸਾ ਕੇ ਰੱਖਿਆ ਜਾਂਦਾ ਹੈ, ਉਹਨਾਂ ਵਿੱਚੋਂ ਇੱਕ ਨਾਮ ਹਮੇਸ਼ਾ ਯਾਦ ਰੱਖਿਆ ਜਾਏਗਾ, ਪੰਜਾਬੀ ਸਾਹਿਤ ਜਗਤ ਦੇ ਡਾਕਟਰ ਸੁਰਜੀਤ ਪਾਤਰ ਦਾ।